ਕਦੇ ਦੇ ਨਾਲ ਪੇ ਕਮਿਸ਼ਨ ਨੇ ਬੇਇਨਸਾਫੀ ਕੀਤੀ ਆ ਮੁੜ ਕੇ ਪੰਜਾਬ ਸਰਕਾਰ ਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਆ ਸਾਡੇ ਪੱਤੇ ਨਹੀਂ ਵਧਾਏ ਸਰਕਾਰ ਨੇ ਸਾਡੇ ਸਾਰੇ ਪੱਤੇ ਪੇ ਬੈਂਡ ਵਗੈਰਾ ਕੋਈ ਨਹੀਂ ਵਾਅਦਾ ਕੀਤਾ ਇਹ ਸਰਕਾਰ ਨੇ ਮੁੜ ਕੇ ਸਾਡਾ ਜਿਹੜਾ ਵਰਦੀਆਂ ਦੀ ਕੀਮਤਾਂ ਉਹ ਵੀ ਕੋਈ ਨਹੀਂ ਵਧਾਏ ਸਾਡੀਆਂ ਜਿਹੜੀਆਂ ਮੰਗਾਂ ਲਗਾਤਾਰ ਸਾਨੂੰ ਕਲਾਸ 4 ਕਰਮਚਾਰੀ ਨੂੰ ਸਭ ਤੋਂ ਹੇਠਲਾ 38 ਕੈਟਾਗਰੀਆਂ ਸਫਾਈ ਸੇਵਕ ਤੱਕ ਜਿਹੜੇ ਕਿ ਸਾਨੂੰ ਸਾਰਾ ਇਗਨੋਰ ਕੀਤਾ ਹੈ ਸਰਕਾਰ ਨੇ ਇਸ ਕਰਕੇ ਸਾਰਾ ਜਿਹੜਾ ਐਜੀਟੇਸ਼ਨ ਅੱਜ ਸਾਡਾ 28 ਤੇ 29 ਤਰੀਕ ਨੂੰ ਦੋ ਦਿਨ ਕੰਮ ਛੱਡੋ ਹੜਤਾਲ ਹੈ ਹਾਜ਼ਰੀਆਂ ਲਾ ਕੇ ਬਾਹਰ ਆਜਣਾ ਰੈਲੀਆਂ ਕਰਨੀ ਪਹਿਲਾਂ ਅਸੀਂ ਇੱਥੇ ਹੈਲਥ ਡਿਪਾਰਟਮੈਂਟ ਦੇ ਹੁਣ ਅਸੀਂ ਟ੍ਰੈਜਰੀ ਦੇ ਕਰਨੀ ਆ ਇਸ ਤੋਂ ਬਾਅਦ ਜਿਹੜੀ ਐਕਸ਼ਨ ਹੈ ਉਹ 3 ਤਰੀਕ ਨੂੰ 28 ਤੇ 29 ਨੂੰ ਅਸੀਂ ਮਤਲਬ ਕੰਮ ਛੱਡੋ ਹੜਤਾਲ ਕਰਨੀ 3 ਤਰੀਕ ਨੂੰ ਵਿੱਤ ਮੰਤਰੀ ਦੇ ਹਲਕੇ ਦੇ ਵਿੱਚ ਰੈਲੀ ਕਰਨੀ ਆ ਜ਼ੋਨਲ ਪੱਧਰ ਦੀ ਰੈਲੀ ਇਸ ਤੋਂ ਬਾਅਦ ਸਾਡੇ 7 ਤਰੀਕ ਨੂੰ ਜ਼ੋਨਲ ਪੱਧਰ ਦੀ ਰੈਲੀ ਅਸੀਂ ਉੱਥੇ ਕਰਨੀ ਆ ਹੁਸ਼ਿਆਰਪੁਰ ਇਸ ਤੋਂ ਬਾਅਦ ਫਿਰ ਲਗਾਤਾਰ ਸਾਡੇ ਜਿਹੜੇ ਐਕਸ਼ਨ ਆ ਉਹ ਲਗਾਤਾਰ ਚੱਲ ਰਹੇ ਆ ਈਵਨ ਇੱਥੇ ਤੱਕ ਜਿਹੜੇ ਸੈਕਟਰ 39 ਦੇ ਵਿੱਚ ਵੀ ਸਾਡਾ ਜਿਹੜਾ ਐਜੀਟੇਸ਼ਨ ਚੱਲ ਰਹੀ ਆ ਉਹ ਪਲਾਟਾਂ ਦੇ ਸੰਬੰਧ ਦੇ ਵਿੱਚ ਇਹਨਾਂ ਮੰਗਾਂ ਦੇ ਸੰਬੰਧ ਦੇ ਵਿੱਚ ਲਗਾਤਾਰ ਚੱਲ ਰਹੀ ਆ ਮੰਤਰੀਆਂ ਦੇ ਨਾਲ ਲਗਾਤਾਰ ਜਿਹੜੀ ਕਿ ਸਾਡੇ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਮੁਜ਼ਾਹਰੇ ਕਰਨੇ ਰੈਲੀਆਂ ਕਰਨੇ ਸੀਨੀਅਰ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਮੁਜ਼ਾਹਰੇ ਕਰਾਂਗੇ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਸਭ ਤੋਂ ਜ਼ਿਆਦਾ ਇਸ ਵੇਲੇ ਸਾਡਾ ਕਲਾਸ 4 ਨੂੰ ਰਗੜਾ ਲੱਗਿਆ ਕਲਾਸ 4 ਨੂੰ ਇਹਨਾਂ ਬਿਲਕੁਲ ਨਹੀਂ ਸੁਣਿਆ ਨਾ ਕਿਸੇ ਸਰਕਾਰ ਨੇ ਨੋਮਲੀ ਕਮੇਟੀ ਨੇ ਵੀ ਨਹੀਂ ਸੁਣਿਆ ਨਾ ਸਰਕਾਰ ਨੇ ਸੁਣਿਆ ਨਾ ਸਾਨੂੰ ਜਿਹੜੀ ਹੁਣ ਕਮੇਟੀ ਬਣਾਈ ਇਹਨੇ ਸੁਣਿਆ ਸਾਡਾ ਕਲਾਸਪੁਰ ਹੇਠਲਾ ਵਰਗ ਸਾਰਾ ਜਿਹੜਾ ਇਸ ਆਪਣੇ ਨਮੋਸੀ ਦੇ ਵਿੱਚ ਆ ਇਸ ਕਰਕੇ ਸਾਨੂੰ ਜਿਹੜੇ ਕੰਮ ਛੱਡੋ ਹੜਤਾਲ ਅਸੀਂ ਹਾਜ਼ਰੀਆਂ ਲਾ ਕੇ ਡਿਊਟੀਆਂ ਮਤਲਬ ਛੱਡ ਕੇ ਅੱਜ ਮੁਜ਼ਾਹਰੇ ਕਰਦੇ ਹਾਂ ਵੱਖ ਵੱਖ ਦਫ਼ਤਰਾਂ 'ਚ ਮੁਜ਼ਾਹਰੇ ਕਰਦੇ ਹਾਂ ਹੁਣ ਇੱਥੇ ਮੁਜ਼ਾਹਰਾ ਇਸ ਤੋਂ ਬਾਅਦ ਟ੍ਰੈਜਰੀ ਦੇ ਵਿੱਚ ਫਿਰ ਸੈਕਟਰ 17 ਦੇ ਵਿੱਚ ਰੈਲੀ ਜਿਹੜੀ ਉਹ ਕੀਤੀ ਜਾਣੀ